ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਚੂਰੀ ਬਣਾਵਾਂਗੇ। ਚੂਰੀ ਮੈਂ ਨਵੇਂ ਤਰੀਕੇ ਨਾਲ ਬਣਾ ਕੇ ਦਿਖਾਉਂਗੀ ਤੁਹਾਨੂੰ, ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਇਹਦੇ ਵਿੱਚ ਬਾਜਰੇ ਦਾ ਕਣਕ ਦਾ ਆਟਾ ਰਲਾ ਕੇ ਗੁੰਨ ਲਿਆ ਸੀਗਾ, ਥੋੜਾ ਜਿਹਾ ਬਾਜਰੇ ਦਾ ਆਟਾ ਵਿੱਚ ਪਾ ਲਿਆ ਸੀਗਾ, ਕਿਉਂਕਿ ਇਹਦੇ ਨਾਲ ਜੇ ਬਾਜਰੇ ਦੇ ਆਟੇ ਨਾਲ ਜਿਹੜੀ ਚੂਰੀ ਆ ਉਹ ਬਹੁਤ ਖਿਲਰੀ ਖਿਲਰੀ ਬਣਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ। ਤੇ ਇਹਨੂੰ ਆਪਾਂ ਜਿਹੜਾ ਸਟੋਰ ਵੀ ਜਿਵੇਂ ਦੋ ਕੁ ਦਿਨ ਤੱਕ ਸਟੋਰ ਵੀ ਕਰ ਸਕਦੇ ਹਾਂ, ਜਿਵੇਂ ਮੈਂ ਤੁਹਾਨੂੰ ਚੂਰੀ ਬਣਾ ਕੇ ਵਿਖਾਉਂਗੀ। ਇਹ ਮੈਂ ਆਟਾ ਗੁੰਨ ਲਿਆ ਤੇ ਇਹਦੇ ਵਿੱਚ ਮੈਂ ਪਹਿਲਾਂ ਰੋਟੀਆਂ ਬਣਾਉਂਗੀ। ਇਹ ਮੈਂ 250 ਗ੍ਰਾਮ ਗੁੜ ਲਿਆ। ਗੁੜ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਜਿੰਨੀ ਕੁ ਚੂਰੀ ਬਣਾਉਣੀ ਆ ਉਹਦੇ ਅਕੋਰਡਿੰਗ ਘੱਟ ਵੱਧ ਵੀ ਕਰ ਸਕਦੇ ਹੋ। ਤੇ ਇਹ ਮੈਂ ਇੱਕ ਕੜਛੀ ਘਿਓ ਲਉਂਗੀ, ਘਿਓ ਵਿੱਚ ਬਹੁਤ ਘੱਟ ਪੈਂਦਾ ਇਸ ਚੂਰੀ ਦੇ ਵਿੱਚ, ਤੇ ਇੱਕ ਕੜਛੀ ਨਾਲ ਘਿਓ ਜਿਹੜੀ ਆ ਬਹੁਤ ਵਧੀਆ ਚੂਰੀ ਬਣ ਕੇ ਤਿਆਰ ਹੋਊਗੀ। ਆਵੀ ਆਪਾਂ ਚੂਰੀ ਬਣਾਉਣੀ ਸ਼ੁਰੂ ਕਰਦੇ ਹਾਂ। ਧਰਤਾ ਸੀ ਇਹ ਗਰਮ ਹੋ ਗਿਆ, ਹੁਣ ਆਪਾਂ ਪਹਿਲਾਂ ਰੋਟੀਆਂ ਬਣਾਵਾਂਗੇ। ਚੂਰੀ ਵਾਸਤੇ ਜਿਹੜੀ ਰੋਟੀ ਆਪਾਂ ਥੋੜੀ ਜਿਹੀ ਭਾਰੀ ਬਣਾਉਣੀ ਆ, ਜ਼ਿਆਦਾ ਪਤਲੀ ਰੋਟੀ ਨਹੀਂ ਬਣਾਉਣੀ, ਥੋੜਾ ਜਿਹਾ ਪੇੜਾ ਹੈ ਉਹ ਭਾਰੀ ਕਰਨਾ। ਇਹ ਚੂਰੀ ਖਾਣ ਚ ਬਹੁਤ ਸਵਾਦ ਹੁੰਦੀ ਹੈ, ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣੀ, ਤੁਹਾਨੂੰ ਵੀ ਐਂ ਲੱਗੂਗਾ ਵੀ ਇੱਕ ਵਾਰੀ ਚੂਰੀ ਬਣਾ ਕੇ ਵੀ ਆਪਾਂ ਵਾਰੀ ਵਾਰੀ ਐਵੇਂ ਹੀ ਚੂਰੀ ਬਣਾਈਏ। ਇਹ ਸਾਡੇ ਪਿੰਡ ਉੱਧਰ ਇਸ ਤਰ੍ਹਾਂ ਚੂਰੀ ਬਣਾਉਂਦੇ ਆ, ਤੇ ਮੈਂ ਇਹਨੂੰ ਅੱਜ ਐਸੀ ਵੀ ਉਵੇਂ ਚੂਰੀ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਦੇ ਕਦੇ ਜਿਵੇਂ ਚੂਰੀ ਵਗੈਰਾ ਖਾਣੀ ਬਹੁਤ ਵਧੀਆ ਲੱਗਦੀ ਹੈ, ਕਿਉਂਕਿ ਜਿਹੜਾ ਆਪਾਂ ਬਚਪਨ ਦੇ ਵਿੱਚ ਚੂਰੀ ਖਾਧੀ ਹੁੰਦੀ ਤੇ ਕਈ ਵਾਰ ਜੀ ਕਰਦਾ ਵੀ ਉਸ ਤਰ੍ਹਾਂ ਹੀ ਆਪਾਂ ਚੀਜ਼ ਬਣਾ ਕੇ ਉਵੇਂ ਖਾ ਕੇ ਦੁਬਾਰਾ ਦੇਖੀਏ। ਤੇ ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਬਸ ਬਾਹਲਾ ਵੀ ਪਿੰਡਾਂ ਦੇ ਵਿੱਚ ਇੰਨਾ ਸਮਾਨ ਨਹੀਂ ਸੀ ਹੁੰਦਾ, ਤੇ ਜਦੋਂ ਭੁੱਖ ਲੱਗਦੀ ਸੀ ਬੱਚਿਆਂ ਨੂੰ ਚੂਰੀ ਘੁੱਟ ਕੇ ਦੇ ਦਿੰਦੇ ਸੀਗੇ, ਤੇ ਬਹੁਤ ਹੀ ਸ਼ੌਂਕ ਨਾਲ ਖਾਂਦੇ ਸੀਗੇ ਚੂਰੀ। ਐ ਲੱਗਦਾ ਸੀ ਪਤਾ ਨੀ ਕੀ ਮਿਲ ਗਿਆ, ਮੇਰੀ ਨਾਨੀ ਜਿਹੜੀ ਨਾਨੀ ਮਾਂ ਹੈ ਉਹ ਵੀ ਚੂਰੀ ਕੁੱਟ ਕੇ ਤੇ ਸਾਨੂੰ ਲੱਡੂ ਬਣਾ ਕੇ ਦੇ ਦਿੰਦੀ ਇੱਕ ਇੱਕ ਸਾਰਿਆਂ ਨੂੰ, ਤੇ ਫਿਰ ਅਸੀਂ ਭੱਜੇ ਫਿਰਦੇ ਨਾਲੇ ਖਾਂਦੇ ਫਿਰਦੇ ਲੱਡੂ। ਤੇ ਬਹੁਤ ਜ਼ਿਆਦਾ ਆਉਂਦੀਆਂ ਉਹ ਟਾਈਮ ਹਨਾ ਵੀ ਇਸ ਤਰ੍ਹਾਂ ਵੀ ਉਦੋਂ, ਪਰ ਹੁਣ ਖੜਾ ਬੱਚਿਆਂ ਕੋਲ ਖਾਣ ਨੂੰ ਬਹੁਤ ਚੀਜ਼ਾਂ ਹੁੰਦੀਆਂ ਨੇ, ਉਹ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਪਸੰਦ ਨਹੀਂ ਕਰਦੇ। ਇਸ ਤਰ੍ਹਾਂ ਮੈਂ ਰੋਟੀ ਤਿਆਰ ਕਰ ਲਈ ਹੈ, ਥੋੜੀ ਭਾਰੀ ਹੈ ਨਾ ਤੇ ਪੂਰੀ ਤਰ੍ਹਾਂ ਸੇਕ ਲਈਏ ਦੋਨੋਂ ਪਾਸੇ ਨੂੰ, ਤੇ ਆਪਾਂ ਇਸ ਤਰ੍ਹਾਂ ਰੋਟੀਆਂ ਸਾਰੀਆਂ ਤਿਆਰ ਕਰ ਲੈਂਦੇ ਹਾਂ ਤੇ ਫਿਰ ਆਪਾਂ ਚੂਰੀ ਬਣਾਉਂਦੇ ਹਾਂ। ਇਸ ਤਰ੍ਹਾਂ ਮੈਂ ਰੋਟੀਆਂ ਸਾਰੀਆਂ ਬਣਾ ਕੇ ਰੱਖ ਲਈਆਂ, ਇਹ ਪਰਾਤ ਚ ਰੱਖ ਲਈਆਂ ਸੀ ਠੰਡੀਆਂ ਹੋਣ ਵਾਸਤੇ, ਤੇ ਹੁਣ ਇਹਨਾਂ ਨੂੰ ਥੋੜੇ ਥੋੜੇ ਟੋਟੇ ਕਰ ਲਾਂਗੇ ਇਹਨਾਂ ਦੇ ਐਵੇਂ। ਅੱਗੇ ਪਿੰਡ ਚ ਤਾਂ ਹਵਾਮ ਦਸਤੇ ਚ ਪਾ ਕੇ ਵੀ ਕੁੱਟ ਲੈਂਦੇ ਸੀ ਇਹਨੂੰ, ਲੋਹੇ ਦੇ ਹੁੰਦੇ ਸੀ ਜਿਹੜੇ ਹਵਾਮ ਦਸਤੇ ਉਹਦੇ ਚ, ਪਰ ਹੁਣ ਆਪਾਂ ਮਿਕਸੀ ਦੇ ਵਿੱਚ ਇਹਨੂੰ ਕਰ ਲਾਂਗੇ, ਇਹਦਾ ਚੂਰਾ ਬਣਾ ਲਾਂਗੇ। ਇਸ ਤਰ੍ਹਾਂ ਤੁਸੀਂ ਇਹਦੇ ਟੋਟੇ ਕਰ ਲੈਣੇ ਨੇ ਸਾਰੀਆਂ ਰੋਟੀਆਂ। ਆ ਦੇਖੋ ਹੁਣ ਆਪਾਂ ਕੀ ਕਰਾਂਗੇ, ਇਹਨੂੰ ਥੋੜਾ ਥੋੜਾ ਪਾ ਕੇ ਮਿਕਸੀ ਦੇ ਜਾਰ ਦੇ ਵਿੱਚ, ਤੇ ਇਹਦੀ ਇਹਨੂੰ ਆਪਾਂ ਗ੍ਰਾਇੰਡ ਕਰਾਂਗੇ। ਇਹਦਾ ਦਰਦਰਾ ਜਿਹਾ ਚੂਰਾ ਬਣਾਉਣਾ, ਇਹਨੂੰ ਬਾਹਲਾ ਬਰੀਕ ਨੀ ਆਪਾਂ ਬਣਾਉਣਾ, ਆਟਾ ਨੀ ਕਰ ਬਣਾਉਣਾ ਇਹਦਾ। ਦੇਖੋ ਇਸ ਤਰ੍ਹਾਂ ਇਹਦਾ ਦਰਦਰਾ ਜਿਹਾ ਚੂਰਾ ਬਣਾਉਣਾ, ਇਹ ਜ਼ਿਆਦਾ ਬਰੀਕ ਨਹੀਂ ਕਰਨਾ। ਤਾਂ ਆਪਾਂ ਇਹਨੂੰ ਨਾਲ ਦੀ ਨਾਲ ਇੱਧਰ ਕੜਾਹੀ ਚ ਧਰ ਲਾਂਗੇ,
पाई जाने इधरों आप सारी इस तरह तैयार कर लेने चूरा बच्चे मैं सारी जड़ी है वो चूरी जड़ा आप बनाया सी चूरा वो काट ले इस तरह हूँ आप गैस से रख दिया तो गैस ऑन कर लेने हूँ क्योंकि पहला आप कुछ नहीं पाया घ्यो नहीं पाया बाजरे का आटा जरूर पाया बाजरे के आटा पाउन नाल जिहड़ी चूरी है बहुत ही भुरभुरी बनती है बहुत ज्यादा टेस्टी बनती है तो ये आप एक कड़छी घ्यो पा लेना हूँ इस बाले घ्यो की लोड़ नहीं जिवें आप दूजी चूरी बनाने तो बहुत ज्यादा घ्यो लग जाता उन्ने घ्यो की लोड़ नहीं हैगी आप इस तरह आप कढ़ाई दे विच इनू भुन्नांगे थोड़ा जिहा इनू आप पांच तो सात मिनट तक ही भुनना है ज्यादा नहीं भुनना क्योंकि रोटियां भी पक्की हुई सी पर भुनने का टेस्ट जरा होर भी वधिया आ जाता चूरी के हिलाते रहना ता कि थले ना लग जाए जो आप लगता भी थले लगती है तो तुसी फ्लेम नू स्लो कर सकते हो गैस की फ्लेम नू आप कले आटे की भी चूरी बना सकते हैं भी तो आटे च पहले आप मोन पावे तो तंदूर से रोटियां ला के भी इस तरह चूरी तैयार हो जाती बहुत ज्यादा टेस्टी लगती है वह भी साडा पिंड नकेरिया फाजिलका के कोले उत्थे जदों साडे पिंड दे विच जदों किसे बेटा हुंदा सीगा उह ना इस तरह चूरी सारा आपदा शरीका इकट्ठा करके इस तरह चूरी बना के तां दे शरीके च वंडदा ते फिर बच्चे जरा बहर वधाया जाता हूं भी उधर रीति रिवाज इस तरह के ने हूं भी उधर एवं करते ने ते जो इक्की दिन तो जो बच्चे बहर वधाना हुंदा है सारा सरीका कबीला कट्ठा हुंदा है ते इस तरह चूरी बनाउंदे ने उहनू चूरमा कहिंदे ने उह ते उह बस कल्ले आटे का बनाउंदे ने विच मोण पा के तंदूर ते रोटियां लाउंदे ने ते फिर उह बहुत ज्यादा मात्रा दे विच बनाउंदे ने ते सारे आपदे जिहड़े भैन भाई शरीका कबीला हुंदा उहदे विच वंडदे भी ने कदे कदे इस तरह बचपन याद आ जांदा तो उहदा टेस्ट भी नाल ही याद आ जांदा भी असीं बचपन दे विच इस तरह दी चीज़ां खांदे सी क्योंकि वह टेस्ट आपां नूं कदे नहीं भुल सकदा जिहड़ा आपां बचपन च खाधा हुंदा जिहड़ियां चीज़ां ते इस तरह वह सानूं बहुत वधिया लगदे हुंदे कदे अज मेरा मन सीगा चूरी बनावां तो फिर मैं पहला शुरू करती सी बनाउणी पर मैनू ऐ लगे वी तुहाडे नाल ही वीडियो शेयर करे हो सकदा वी साडे वांगू किसी होर दा वी टेस्ट इदां दा होवे तां वह भी चूरी बना सके घरे ते इह बहुत ज़्यादा टेस्टी बनदी है तुसी एक वारी मेरे कहन ते जरूर बना के देखियो आ देखो जी आपां चूरी नूं भुन लिया तां हुण आपां गैस बंद कर लैणे आ ते इहनूं परात दे विच ही कढ लांगे इस परात च ही कढ लैणे आ क्योंकि फिर आप जिहड़ा गोड़ा इहनूं मैं तोड़ लिया सीगा ते इहदे च तो थोड़ा जिहा बिलकुल मामूली जिहा पानी पा के इहदी चाशनी बनावांगे फिर आपां इहदे विच पावांगे चूरी नूं ते हुण आपां इह चूरी नूं इधर परात दे विच कढ लैणे आ बहुत सोहनी खुशबू आउण लग गई चूरी दी हुण इधर मैं कढ़ाई दुबारा रखती आ ते आपां गैस नूं ऑन कर दे ते इहदे विच थोड़ा जिहा पानी पाउणे आ ते इह गुड़ पा दिंदे आ ਇਹ ਗੁੜ ਦੀ ਚਾਸ਼ਨੀ ਵੇਲੇ ਧਿਆਨ ਰੱਖਣਾ ਵੀ ਇਹਦੇ ਪੱਤ ਆਪਣੀ ਚੜ ਨਾ ਜਾਵੇ ਆਪਾਂ ਥੋੜ੍ਹੀ ਜਿਹੀ ਜਦੋਂ ਬਸ ਇਹ ਮੈਲਟ ਹੋ ਗਿਆ ਗੁੜ ਬਸ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਇਹ ਚੂਰੀ ਪਾ ਦਾਂਗੇ ਇਹਨੂੰ ਜ਼ਿਆਦਾ ਨਹੀਂ ਪੰਘਰਾਉਣਾ ਇਹਨੂੰ ਇੱਕ ਵਾਰ ਆ ਗਿਆ ਤੇ ਆਪਾਂ ਇਹਨੂੰ ਗੈਸ ਨੂੰ ਆਫ ਕਰ ਦਾਂਗੇ ਇਹਨੂੰ ਜ਼ਿਆਦਾ ਨਹੀਂ ਕਿਉਂਕਿ ਫਿਰ ਜ਼ਿਆਦਾ ਚਾਸ਼ਨੀ ਚੜ ਜਾਊਗੀ ਤਾਂ ਆਪਣੀ ਜਿਹੜੀ ਚੂਰੀ ਆ ਉਹ ਉਹ ਜੁਗੀ ਸਖਤ ਹੋ ਜੂਗੀ ਇਸ ਕਰਕੇ ਹੁਣ ਜਿਹੜੀ ਆਪਣੀ ਜਿਹੜੀ ਚਾਸ਼ਨੀ ਬਣੀ ਹੋਈ ਹੈ ਗੁੜ ਦੀ ਉਹ ਆਪਾਂ ਇਹਦੇ ਵਿੱਚ
ਚਾਸ਼ਨੀ ਰਲਾ ਲਈ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਠੰਡਾ ਹੋਣ ਵਾਸਤੇ ਰੱਖਾਂਗੇ ਤੇ ਇਹ ਸਾਰਾ ਜਿਹੜਾ ਆਪਣਾ ਗੋੜਾ ਬਿਲਕੁਲ ਵਿੱਚ ਸੋਕ ਲੂਗੀ ਤੇ ਬਹੁਤ ਜ਼ਿਆਦਾ ਵਧੀਆ ਬਣਨਗੇ। ਤੇ ਜੇ ਤੁਸੀਂ ਚਾਹੋ ਤਾਂ ਥੋੜੇ ਜਿਹੇ ਨਿੱਘਾ ਹੀ ਜਿਵੇਂ ਆਪਾਂ ਇਹਦੀਆਂ ਪਿੰਨੀਆਂ ਵੀ ਵੱਟ ਸਕਦੇ ਹਾਂ, ਪਿੰਨੀਆਂ ਵੀ ਵੱਟ ਕੇ ਦਿਖਾਓਗੇ। ਚਾਹੋ ਤਾਂ ਤੁਸੀਂ ਇਸ ਤਰ੍ਹਾਂ ਚੂਰੀ ਵਾਂਗੂ ਵੀ ਇਹਨੂੰ ਆਪਾਂ ਕੰਟੇਨਰ ਦੇ ਵਿੱਚ ਠੰਡਾ ਹੋ ਕੇ ਕੰਟੇਨਰ ਦੇ ਵਿੱਚ ਸਟੋਰ ਕਰ ਸਕਦੇ ਹਾਂ। ਤੇ ਜੇ ਤੁਸੀਂ ਸਫ਼ਰ ਤੇ ਜਾਓਗੇ ਤਾਂ ਇਹ ਵੀ ਤੁਸੀਂ ਇੱਕ ਵਾਰੀ ਚੂਰੀ ਨਾਲ ਲੈ ਕੇ ਜਾਓ ਤੇ ਸਫ਼ਰ ਦੇ ਵਿੱਚ ਜਿਹੜਾ ਤੁਸੀਂ ਬਹੁਤ ਵਧੀਆ ਖਾ ਕੇ ਪੂਰਾ ਇੰਜੋਏ ਕਰੋਗੇ ਚੂਰੀ ਨੂੰ। ਤੇ ਇਸ ਤਰ੍ਹਾਂ ਬਾਹਰ ਦਾ ਖਾਣਾ ਖਾਣ ਤੋਂ ਵੀ ਬਚ ਸਕਦੇ ਹਾਂ ਆਪਾਂ। ਤੇ ਆ ਦੇਖੋ ਇਹ ਚੂਰੀ ਬਣ ਕੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹ ਥੋੜ੍ਹਾ ਜਿਹਾ ਠੰਡਾ ਹੋਣ ਦੀ ਵੇਟ ਕਰੀਏ। ਜਿਹੜੀ ਥੋੜ੍ਹੀ ਜਿਹੀ ਠੰਡੀ ਹੋ ਚੁੱਕੀ ਆ ਤਾਂ ਆਪਾਂ ਹੁਣ ਹੀ ਇਹਦੇ ਲੱਡੂ ਵੱਟ ਲੈਂਦੇ ਹਾਂ, ਕਿਉਂਕਿ ਜ਼ਿਆਦਾ ਜੇ ਠੰਡੀ ਹੋ ਗਈ ਤਾਂ ਫਿਰ ਇਹਦੇ ਲੱਡੂ ਵੱਟਣ 'ਚ ਪ੍ਰੋਬਲਮ ਆਊਗੀ। ਆਪਾਂ ਥੋੜ੍ਹਾ ਜਿਹਾ ਲੱਡੂ ਵੱਟਾਂਗੇ। ਸਾਰੀ ਚੂਰੀ ਬਣਾ ਕੇ ਮੈਂ ਤਿਆਰ ਕਰ ਲਈਆਂ, ਪਿੰਨੀਆਂ ਵੀ ਵੱਟ ਲਈਆਂ। ਇਹ ਜਿਹੜੀ ਚੂਰੀ ਆ ਮੋਤੀ ਚੂਰ ਦੇ ਲੱਡੂਆਂ ਵਾਂਗੂ ਬਣਦੀ ਹੈ, ਟੇਸਟ ਵੀ ਇਹਦਾ ਮੋਤੀ ਚੂਰ ਦੇ ਲੱਡੂਆਂ ਵਰਗਾ ਹੀ ਆਉਂਦਾ। ਤੇ ਦੇਖੋ ਇਹਦੇ ਵਿੱਚ ਜਿਹੜੇ ਦਾਣੇ ਆ, ਦਾਣੇਦਾਰ ਚੂਰੀ ਬਣਦੀ, ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਲਓ ਜੀ ਖਾ ਲਓ।